So let me move on to and come back to the Gurbani. So Gurbani is very beautiful quote, line is there, yes, temple is with you, literally. Temple is, mandar kithe hai? Oh, kinde mandar tere naal hai. Jithe tu janna na, jame mandar tere naal hi turiya. The sense is, mandar, temple is within you, within your body. And the talk is, but it is like Guru Sahib keh rahe ne, jara dhyan naal dekh. I vekhan li thodi ji tenu shayad grace di lod hai. So he begins with Gur Parasadi Vekh Tu Vekhna De Na Tyan Naal Dekh. Main tuhanu koi kama ke Pai Sahib eh pen paya hoya tusi kaho kithe main kamanga zara Tyan Naal Dekho. So in a sense Guru Sahib eh keh rahe Tyan Naal Dekh. Mandar labda hai na mandar kithe hai. So kehinde Gur Parasadi Vekh Tu Tyan Naal Vekh Har Mandar Tere Naal. Hari da mandar tere naal hai, tere andar hai. Hune Gurbani di quote hai, Gurbani di tok hai. I mean, sometimes you can say bhi jide pehla tusi authors de na share kite ne, ote wo authors ne, you know, we don't believe in them and so many things. But this is from, directly from Bani. Te ide ch bahut hi koi misunderstanding di vi gal nahi, sidhe sidhe meaning ne, Gur Parasadi vekh tu har mandar tere naal. Hari da mandar. Harida Mandar da matlab jithe Hari vasda hai. Temple of God keh lo, Gurdwara keh lo, whatever. Oh, tere naal hai. Tere naal da matlab jithe tu janna utthe hi hai. Tere naal da matlab whether it is evening or morning or afternoon, tu sutta hai, jagda hai, kar rahe hai, shop, dukaan te mein, mandar tere naal hai. Temple is always within you and with you. Hun ਇਹ ਗੱਲ ਸਾਨੂੰ ਸਮਝ ਨਹੀਂ ਆਉਂਦੀ ਹੈ ਨਾ ਵੇਖੋ ਪਰਹੈਪਸ ਇਹ ਇਹ ਤੁਕ ਸੁਣ ਕੇ ਵੀ ਇਹ ਲੈਕਚਰ ਸੁਣ ਕੇ ਵੀ ਸਾਡੇ ਮਨ ਕਨਵਿੰਸ ਨਹੀਂ ਹੋਣ ਐਕਚੁਅਲੀ ਹੁੰਦਾ ਕੀ ਹੈ ਨਾ ਵਟ ਵੀ ਟਰਾਈ ਟੂ ਡੂ ਵਟ ਵੀ ਨੀਡ ਟੂ ਡੂ ਇਜ਼ ਵੀ ਆਰ ਟੂ ਇਨ ਸਮ ਸੈਂਸ ਕਨਵਿੰਸ ਆਵਰ ਸੈਲਵਸ ਇਹ ਜਿਹੜਾ ਮਨ ਹੈ ਨਾ ਇਹ ਵੀ ਆਪਾਂ ਦੇਖਾਂਗੇ ਵੀ ਕਿਉਂ ਨਹੀਂ ਕਨਵਿੰਸ ਹੁੰਦਾ ਅਸੀਂ ਮਨ ਸੁਣ ਲੈਂਦਾ ਹੈ ਕਿਤੇ ਕਿਤੇ ਸਮਝ ਵੀ ਲੈਂਦਾ ਹੈ ਪਰ ਫਿਰ ਵੀ ਉਹ ਮੰਨਦਾ ਨਹੀਂ ਸੋ ਇਨ ਏ ਸੈਂਸ ਉਹ ਮਨ ਮੰਨ ਜਾਵੇ ਇਸ ਗੱਲ ਨੂੰ ਮਨ ਪਰਸੂਏਡ ਹੋ ਜਾਵੇ ਮਨ ਕਨਵਿੰਸ ਹੋ ਜਾਏ ਉਸਨੂੰ ਕਹਿੰਦੇ ਨੇ ਸੈਲਫ ਰੀਅਲਾਈਜੇਸ਼ਨ ਕਿ ਮਨ ਨੂੰ ਅੰਦਰੋਂ ਹੀ ਉਹ ਚੀਜ਼ ਰੀਅਲਾਈਜ਼ ਹੋਵੇ ਯੈਸ ਦੈਟਸ ਟਰੂ ਦੈਟਸ ਟਰੂ ਅਤੇ ਜਦੋਂ ਤੁਹਾਡੇ ਕੋਈ ਆਉਂਦਾ ਨਾ ਦਿਲ ਨੂੰ ਗੱਲ ਲੱਗ ਜਾਏ ਤਾਂ ਫਿਰ ਮਨ ਆਪੇ ਹੀ ਉਹ ਗੱਲ ਨੂੰ ਫੋਲੋ ਕਰਨ ਲੱਗ ਪੈਂਦਾ ਫਿਰ ਤੁਹਾਨੂੰ ਉੱਥੇ ਜ਼ਬਰਦਸਤੀ ਫੋਰਸ ਕਰਨ ਦੀ ਲੋੜ ਨਹੀਂ ਦੀ ਥਿੰਗ ਯੂ ਲਵ ਯੂ ਆਰ ਕਨਵਿੰਸਡ ਯੂ ਡੂ ਯੋਰ ਸੈਲਫ ਯੂ ਡੂ ਵਿਦ ਲਵ ਯੂ ਡੂ ਵਿਦ ਯੂ ਨੋ ਪੈਸ਼ਨ ਸੋ ਅਗਲੀ ਤੁਕ ਵਿੱਚ ਹੁਣ ਗੁਰੂ ਸਾਹਿਬ ਕਹਿ ਰਹੇ ਵੀ ਇਹ ਕਿਵੇਂ ਕਿਉਂ ਨਹੀਂ ਸਾਨੂੰ ਕਿਉਂ ਨਹੀਂ ਪਤਾ ਲੱਗਦਾ ਇਸ ਗੱਲ ਦਾ ਸਾਡੀ ਕਿਉਂ ਸਮਝ ਵਿੱਚ ਨਹੀਂ ਆਉਂਦੀ ਕਿਉਂ ਸਾਨੂੰ ਰੀਅਲਾਈਜ਼ ਨਹੀਂ ਹੁੰਦਾ ਅਤੇ ਗੁਰੂ ਸਾਹਿਬ ਉੱਥੇ ਕਹਿ ਰਹੇ ਆ ਐਂਡ ਦੀ ਨੈਕਸਟ ਲਾਈਨ ਇਜ਼ ਹੀ ਬਿਗਿਨਸ ਵਿਦ ਦੀ ਸੇਮ ਯੈਸ ਹਰ ਮੰਦਰ ਇਹ ਸਰੀਰ ਹੈ ਹੁਣ ਹੋਰ ਕਲੈਰਿਟੀ ਕਰਤੀ ਪਿੱਛੇ ਤਾਂ ਕਿਹਾ ਸੀ ਨਾ ਹਰ ਮੰਦਰ ਤੇਰੇ ਨਾਲ ਸਟਿਲ ਦੇ ਵਾਜ਼ ਅ ਲਿਟਲ ਬਿਟ ਯੂ ਕੈਨ ਸੇ ਵੀ ਕੈਨ ਸੇ ਅ ਲਿਟਲ ਕਨਫਿਊਜ਼ਨ ਵੀ ਮੇਰੇ ਨਾਲ ਦਾ ਮਤਲਬ ਕਿਸ ਤਰ੍ਹਾਂ ਕਿੱਥੇ ਆ ਸੋ ਹੁਣ ਕਹਿੰਦੇ ਚਲੋ ਉਹ ਛੱਡ ਇਹ ਤੇਰਾ ਸਰੀਰ ਹੀ ਹਰੀ ਮੰਦਰ ਹੈ ਸੋ ਲਿਟਰਲੀ ਲਿਖਦੇ ਨੇ ਹਰ ਮੰਦਰ ਇਹ ਸਰੀਰ ਹੈ ਇਹ ਸਰੀਰ ਹੀ ਤੇਰਾ ਜਿਹੜਾ ਨਾ ਹਰੀ ਦਾ ਮੰਦਰ ਹੈ ਪਰ ਜੇ ਸਾਨੂੰ ਨਹੀਂ ਪਤਾ ਲੱਗਦਾ ਸਾਨੂੰ ਇਹ ਕਿਤਨਾ ਸੋਝੀ ਹੋਵੇ ਅਤੇ ਅਗਲੀ ਤੁਕ ਲਿਖੀ ਹੈ ਗਿਆਨ ਰਤਨ ਪ੍ਰਗਟ ਹੋਏ ਇਹਦੇ ਲਈ ਗਿਆਨ ਦੀ ਲੋੜ ਹੈ ਗਿਆਨ ਨੂੰ ਇੰਗਲਿਸ਼ ਵਿੱਚ ਅਸੀਂ ਕਹਾਂਗੇ ਸਮ ਸੋਰਟ ਆਫ ਰੀਅਲਾਈਜੇਸ਼ਨ ਸਮ ਸੋਰਟ ਆਫ ਅੰਡਰਸਟੈਂਡਿੰਗ ਸਮ ਸੋਰਟ ਆਫ ਇਨਲਾਈਟਨਮੈਂਟ ਅਤੇ ਮੈਂ ਫਿਰ ਕਹਿਣਾ ਚਾਹਾਂਗਾ ਇਹ ਕੋਰਸ ਨੇ ਦਿਸ ਇਜ਼ ਵੇਅਰ ਦੀ ਕੋਰਸ ਇਜ਼ ਗੋਇੰਗ ਟੂ ਹੈਲਪ ਯੂ ਇਹ ਕੋਰਸ ਨੇ ਤੁਹਾਨੂੰ ਇਹ ਕੋਰਸ ਗਿਆਨ ਰਤਨ ਦਾ ਖਜ਼ਾਨਾ ਹੈ ਸਮਝ ਇੱਥੇ ਗੁਰਬਾਣੀ ਦਾ ਗੁਰੂ ਗ੍ਰੰਥ ਸਾਹਿਬ ਦਾ ਜੋ ਗਿਆਨ ਰਤਨ ਹੈ ਨਾ ਉਹ ਤੁਹਾਡੇ ਨਾਲ ਸ਼ੇਅਰ ਕੀਤਾ ਜਾ ਰਿਹਾ ਤੁਸੀਂ ਉਹਨੂੰ ਘੁੱਟ ਕੇ ਪੱਲੇ ਬੰਨਣਾ ਅਤੇ ਇਹਦੇ ਤੋਂ ਗਿਆਨ ਰਤਨ ਪ੍ਰਗਟ ਹੋਏ ਇਹ ਜੋ ਗੱਲਾਂ ਕਹੀਆਂ ਜਾ ਰਹੀਆਂ ਨੇ ਇਹ ਫਿਰ ਤੁਹਾਨੂੰ ਪ੍ਰਗਟ ਹੋ ਆਉਣਗੀਆਂ ਇਹ ਸਾਖਿਆਤ ਹੋ ਆਉਣਗੀਆਂ ਯੋਰ ਮਾਇੰਡ ਵਿਲ ਐਕਸੈਪਟ ਦੈਮ ਵਿਲ ਨੋਟ ਓਨਲੀ ਰੀਅਲਾਈਜ਼ ਦੈਮ ਵਿਲ ਟਰਾਈ ਟੂ ਪੁੱਟ ਦੋਜ਼ ਥਿੰਗਸ ਇਨ ਯੋਰ ਪਰਸੈਪਟਿਵ ਇਨ ਯੋਰ ਥਿੰਕਿੰਗ ਇਨ ਯੋਰ ਡੇਲੀ ਲਾਈਫ ਸੋ ਦਿਸ ਇਜ਼ ਹਾਓ ਗੁਰੂ ਸਾਹਿਬ ਸੇਜ਼ ਇਟ ਇਜ਼ ਰਿਵੀਲਡ ਥਰੂ ਡਿਵਾਈਨ ਵਿਜ਼ਡਮ ਅਤੇ ਇਹ ਡਿਵਾਈਨ ਵਿਜ਼ਡਮ ਹੀ ਸ਼ੇਅਰ ਕਰਨ ਲਈ ਲੈਣ ਲਈ ਸਮਝਣ ਲਈ ਅਸੀਂ ਇੱਥੇ ਆਏ ਹੋਏ ਅਗਲੀ ਤੁਕ ਹੁਣ ਜੇ ਇਹ ਸਰੀਰ ਹਰੀ ਦਾ ਮੰਦਰ ਹੈ ਤਾਂ ਇਨ ਦੈਟ ਸੈਂਸ ਵੀ ਸਿਰਫ ਮੇਰਾ ਹੀ ਸਰੀਰ ਹਰੀ ਮੰਦਰ ਨਹੀਂ ਸਾਰਿਆਂ ਦੇ ਸਰੀਰ ਹਰੀ ਮੰਦਰ ਨੇ ਟਰੂ ਨੋਟ ਆਈ ਮੀਨ ਮੇ ਬੀ
some priest may say nahi bhi oh priest da hi mandir sharir hari mandir hai par guru sahab nahi mande ne gallan na I mean at least you know inna kitaban nu pata bhi sikhi de hisab na itthe koi special priest nahi hunda sare ikko hi ne we are all equal I panthi sagal jamati is we are all classmates friends in that sense literally equal ye brothers kaho te ek vadda te chota ho sakda guru sahab kehnde jamati ha si jamati samajh classmates you know we are fellows so in that sense bhi je mera sharir guru sahab keh rahe har mandir eh sharir hai te eh tuk jehda vi padega jehda vi sunega this implies to all phir saryan de sharir hari mandir ne je saryan de sharir hari mandir ne phir eh sansar ki hoya eh jagat eh sansar eh vi hari mandir hoya ke nahi so the next tuk says har mandir eh jagat hai eh gurbani diyan tukan ne ਅਸੀਂ ਕਈ ਵਾਰ ਸੁਣਦੇ ਹਾਂ ਵੇਖਦੇ ਹਾਂ ਯੂ ਨੋ ਐਂਡ ਵੀ ਐਕਸਪੈਕਟ ਸਮ ਸੋਰਟ ਆਫ ਇਨਲਾਈਟਨਮੈਂਟ ਐਂਡ ਆਈ ਹੈਵ ਸੀਨ ਹੀਅਰ ਐਂਡ ਅਬਰੋਡ ਆਲਸੋ ਲੋਟਸ ਆਫ ਪੀਪਲ ਇਨ ਕਨਫਿਊਜ਼ਨ ਉਹ ਸਮਝਦੇ ਆ ਵੀ ਸ਼ਾਇਦ ਇਹ ਇਨਲਾਈਟਨਮੈਂਟ ਜਿਹੜਾ ਪਤਾ ਨਹੀਂ ਕਿਸ ਤਰ੍ਹਾਂ ਦਾ ਹੋਣਾ ਅਤੇ ਚੇਅਰਮੈਨ ਸਾਹਿਬ ਹੁਣੇ ਹੀ ਅਸੀਂ ਆਫਿਸ ਵਿੱਚ ਇਹੋ ਹੀ ਗੱਲਾਂ ਕਰ ਰਹੇ ਸਾਂ ਵੀ ਪਰਹੈਪਸ ਉੱਥੇ ਵੀ ਕਿਤੇ ਨਾ ਕਿਤੇ ਸਾਡਾ ਹੀ ਕਸੂਰ ਹੈ ਕਿ ਅਸੀਂ ਦੱਸਣ ਵਾਲਿਆਂ ਨੇ ਉਹ ਇੰਨਾ ਕੰਪਲੀਕੇਟ ਕਰਕੇ ਉਹ ਦੱਸਦੇ ਹਾਂ ਕਿ ਉਹ ਲੋਕ ਡਰੀ ਜਾਂਦੇ ਖੁਣੀ ਵੀ ਇਹ ਤਾਂ ਪਤਾ ਨਹੀਂ ਕਿਸ ਤਰ੍ਹਾਂ ਦੀ ਇਨਲਾਈਟਨਮੈਂਟ ਹੋਣੀ ਪਰ ਮੈਂ ਤੁਹਾਨੂੰ ਬਹੁਤ ਸਿੰਪਲ ਤਰੀਕੇ ਨਾਲ ਦੱਸਾਂ ਕਿ ਇਸ ਤਰ੍ਹਾਂ ਦੇ ਕਿਸੇ ਐਕਸਟਰਨਲ ਔਰ ਇੰਟਰਨਲ ਇਨਲਾਈਟਨਮੈਂਟ ਨੂੰ ਵੇਟ ਕਰਨ ਦੀ ਲੋੜ ਨਹੀਂ ਇਹ ਜਿਹੜੀ ਗੁਰਬਾਣੀ ਹੈ ਨਾ ਇਹਦੀ ਇੱਕ ਇੱਕ ਲਾਈਨ ਇਨਲਾਈਟਨਮੈਂਟ ਕਿਸ ਤਰ੍ਹਾਂ ਉਹ ਐਂ ਹੈ ਕਿ ਗੁਰੂ ਸਾਹਿਬ ਨੂੰ ਜੋ ਚੀਜ਼ ਇਨਲਾਈਟਨ ਹੋਈ ਰਿਵੀਲ ਹੋਈ ਐਕਸਪੀਰੀਅੰਸ ਹੋਈ ਉਹਨਾਂ ਨੇ ਲਿਟਰਲੀ ਉਹ ਸਾਡੇ ਲਈ ਬੜੇ ਹੀ ਸੋਹਣੇ ਸ਼ਬਦਾਂ ਵਿੱਚ ਲਿਖ ਕੇ ਰੱਖ ਦਿੱਤੀ ਉੱਥੇ ਇਹਦਾ ਮਤਲਬ ਕਿ ਹੁਣ ਸਾਨੂੰ ਉਹ ਮਤਲਬ ਦੁਬਾਰਾ ਟਰਾਈ ਕਰਨ ਦੀ ਲੋੜ ਨਹੀਂ ਕਿ ਅਸੀਂ ਫਿਰ ਹੁਣ ਉਹਨੂੰ ਐਕਸਪੀਰੀਅੰਸ ਪਹਿਲਾਂ ਕਰੀਏ ਨੋ ਸਾਡੇ ਲਈ ਸਿਰਫ ਇੰਨਾ ਹੀ ਬਹੁਤ ਹੈ ਕਿ ਅਸੀਂ ਉਹਨੂੰ ਪਿਆਰ ਨਾਲ ਧਿਆਨ ਨਾਲ ਪੜ੍ਹ ਲਈਏ ਅਤੇ ਉਹਨੂੰ ਸਮਝ ਲਈਏ ਵੀ ਇਹ ਲਿਖਿਆ ਹੋਇਆ ਦਿਸ ਇਜ਼ ਵਾਟ ਇਟ ਇਜ਼ ਇਨ ਅ ਸੈਂਸ ਕਿ ਕੋਈ ਬੰਦਾ ਜੇ 10 ਸਾਲ 20 ਸਾਲ ਮੈਡੀਟੇਸ਼ਨ ਕਰੇ ਅਤੇ ਉਸ ਤੋਂ ਬਾਅਦ ਜੇ ਉਹਨੂੰ ਇਹ ਰੀਅਲਾਈਜ਼ ਹੋਵੇ ਵੀ ਵਟ ਆਈ ਹੈਵ ਰੀਅਲਾਈਜ਼ਡ ਇਜ਼ ਦੈਟ ਦਿਸ ਟੈਂਪਲ ਇਜ਼ ਦਿਸ ਬਾਡੀ ਇਜ਼ ਟੈਂਪਲ ਇਜ਼ਨਟ ਇਟ ਔਰ ਦਿਸ ਵਰਲਡ ਇਟਸੈਲਫ ਇਜ਼ ਯੂ ਨੋ ਗੋਡਸ ਹਾਊਸ ਸੋ ਵਟਸ ਗ੍ਰੇਟ ਇਨ ਦੈਟ ਗੁਰੂ ਸਾਹਿਬ ਲਿਖ ਕੇ ਦੇ ਰਹੇ ਸਾਨੂੰ ਅਸੀਂ ਪੜ੍ਹ ਰਹੇ ਹਾਂ ਸੋ ਇਨ ਅ ਸੈਂਸ ਵੀ ਗੁਰਬਾਣੀ ਅਲਟੀਮੇਟ ਇਨਲਾਈਟਨਮੈਂਟ ਹੈ ਕਿਸੇ ਹੋਰ ਇਨਲਾਈਟਨਮੈਂਟ ਦੀ ਵੇਟ ਕਰਨ ਦੀ ਲੋੜ ਨਹੀਂ ਇੱਥੇ ਹੀ ਥੋੜ੍ਹੇ ਜਿਹੇ ਕੋਨਸਨਟ੍ਰੇਟ ਹੋ ਕੇ ਪੜ੍ਹ ਕੇ ਸਮਝ ਕੇ ਹੁਣ ਕੁਐਸਚਨ ਹੈ ਕਿ ਉਹਨੂੰ ਅਸੀਂ ਆਪਣੇ ਇੰਪਲਾਈ ਕਰੀਏ ਆਪਣੀ ਲਾਈਫ ਵਿੱਚ ਸੋ ਦੇ ਨੈਕਸਟ ਲਾਈਨ ਗੁਰੂ ਸਾਹਿਬ ਸੇਜ ਹਰ ਮੰਦਰ ਇਹ ਜਗਤ ਹੈ ਪਰ ਫਿਰ ਕਹਿ ਰਹੇ ਨੇ ਪਰ ਇਹ ਜਗਤ ਵਿੱਚ ਜਿਵੇਂ ਹਨੇਰਾ ਹੈ ਡਾਰਕਨੈਸ ਹੈ ਸਮਝ ਨਹੀਂ ਆ ਰਹੀ ਲੋਕਾਂ ਨੂੰ ਇਨ ਅ ਸੈਂਸ ਜੇ ਹੁਣ ਆਹ ਲਾਈਟ ਆਫ ਕਰ ਦਿਓ ਸਾਰਾ ਨਾ ਆਪਾਂ ਸਾਰੇ ਬੈਠੇ ਹਾਂ ਬਟ ਵੀ ਵੁੱਡ ਨੋਟ ਬੀ ਏਬਲ ਟੂ ਸੀ ਈਚ ਅਦਰ ਹਨੇਰਾ ਹੋ ਜਾਏਗਾ ਜਿਵੇਂ ਰਮਿੰਦਰਨਾਥ ਟੈਗੋਰ ਨੇ ਕਿਹਾ ਸੀ ਨਾ ਵੀ ਮੰਦਰ 'ਚ ਕੈਂਡਲ ਜਲਾਉਣ ਤੋਂ ਪਹਿਲਾਂ ਆਪਣੇ ਅੰਦਰ ਥੋੜ੍ਹਾ ਜਿਹਾ ਚਾਨਣ ਕਰੋ ਐਂਡ ਦੈਟਸ ਵਾਟ ਇਟ ਇਜ਼ ਹੈਪਨਿੰਗ ਕਿ ਅਸੀਂ ਲੋਕ ਘਰਾਂ ਵਿੱਚ ਬਾਹਰ ਮੰਦਰਾਂ 'ਚ ਜੋਤਾਂ ਜਗਾ ਕੇ ਚਾਨਣ ਕਰ ਰਹੇ ਹਾਂ ਪਰ ਆਪਣੇ ਅੰਦਰ ਨਹੀਂ ਚਾਨਣ ਹੋਣ ਦੇ ਰਹੇ ਸੋ ਗੁਰੂ ਸਾਹਿਬ ਕਹਿ ਰਹੇ ਆ ਹਰ ਮੰਦਰ ਇਹ ਜਗਤ ਹੈ ਬਟ ਵਟ ਹੈਜ਼ ਹੈਪਨ ਗੁਰਬਿਨ ਘੋਰ ਅੰਧਾਰ ਗੁਰੂ ਤੋਂ ਬਿਨਾਂ ਡਿਵਾਈਨ ਵਿਜ਼ਡਮ ਤੋਂ ਬਿਨਾਂ ਜਿਵੇਂ ਇਗਨੋਰੈਂਸ ਛਾਈ ਹੋਈ ਹੈ ਹਨੇਰਾ ਛਾਇਆ ਹੋਇਆ ਹੈ ਲੋਕ ਮੰਦਰ ਨੂੰ ਕਿਤੇ ਹੋਰ ਸਮਝ ਰਹੇ ਨੇ ਲੋਕ ਗੋਡ ਨੂੰ ਕਿਤੇ ਹੋਰ ਸਮਝ ਰਹੇ ਨੇ ਲੋਕ ਆਪਣੀ ਰਿਲੇਸ਼ਨਸ਼ਿਪ ਆਪਣੀ ਫੈਮਿਲੀ ਲਾਈਫ ਆਪਣੀ ਸੋਸ਼ਲ ਲਾਈਫ ਆਪਣੀ ਇਹ ਸੰਸਾਰ ਨੂੰ ਤਾਂ ਉਹ ਸਮਝਦੇ ਵੀ ਜਿਵੇਂ ਦੇ ਵਾਂਟ ਟੂ ਅਬੰਡਨ ਦਿਸ ਐਂਡ ਦੇ ਆਰ ਡ੍ਰੀਮਿੰਗ ਆਫ ਸਮ ਅਦਰ ਵਰਲਡਲੀ ਹੈਵਨ ਔਰ ਸਮ ਅਦਰ ਵਰਲਡਲੀ ਸੋਰਟ ਆਫ ਥਿੰਗਸ ਯੂ ਨੋ ਸੋ ਕਹਿ ਰਹੇ ਵੀ ਇਹ ਹਨੇਰਾ ਹੈ ਲੋਕ ਨਹੀਂ ਸਮਝ ਰਹੇ ਇਸ ਨੂੰ ਸੋ ਇਨ ਅ ਸੈਂਸ ਹੀ ਸੇਜ਼ ਯੂ ਨੀਡ ਸਮ ਐਨਲਾਈਟਨਰ ਯੂ ਨੀਡ ਸਮ ਗਾਈਡ ਐਂਡ ਵੀ ਆਲ ਐਗਰੀ ਕਿ ਗੁਰੂ ਗ੍ਰੰਥ ਸਾਹਿਬ ਇਜ਼ ਵਨ ਆਫ ਦੀ ਬੈਸਟ ਰਿਸੋਰਸਿਸ ਫੋਰ ਗਾਈਡੈਂਸ ਫੋਰ ਐਨਲਾਈਟਨਮੈਂਟ ਦੈਟ ਵੀ ਹੈਵ ਵਿਦ ਅਸ ਅਤੇ ਅਸੀਂ ਉਹਦੇ ਹੀ ਗੁਰੂ ਗ੍ਰੰਥ ਸਾਹਿਬ ਦੀਆਂ ਉਹ ਜਿਹੜੀਆਂ ਇਨਸਾਈਟਸ ਨੇ ਉਹਨਾਂ ਨੂੰ ਸਮਝਣ ਲਈ ਅਤੇ ਸ਼ੇਅਰ ਕਰਨ ਲਈ ਸਾਰੇ ਇੱਥੇ ਬੈਠੇ ਹੋਏ ਲੈਟ ਮੀ ਮੂਵ ਔਨ ਦੀ ਨੈਕਸਟ ਹੁਣ ਅੱਗੇ ਕੀ ਗੁਰੂ ਸਾਹਿਬ ਕਹਿ ਰਹੇ ਵੈਰੀ ਇੰਟਰਸਟਿੰਗ ਤਾਂ ਹੁਣ ਤੱਕ ਉਹਨਾਂ ਕਿਹਾ ਵੀ ਇਹ ਮੰਦਰ ਇਹ ਸਰੀਰ ਮੰਦਰ ਜੇ ਅਸਲ ਵਿੱਚ ਇਹ ਤੁਹਾਡਾ ਘਰ ਇਹ ਤੁਹਾਡਾ ਸੰਸਾਰ ਇਹ ਵੀ ਹਰੀ ਮੰਦਰ ਹੈ ਸੋ ਹਰ ਮੰਦਰ ਇਹ ਸਰੀਰ ਹੈ ਹਰ ਮੰਦਰ ਇਹ ਜਗਤ ਹੈ
ਹੁਣ ਪ੍ਰੋਬਲਮ ਹੈ ਵੀ ਸਾਨੂੰ ਇਹ ਗੱਲ ਸਮਝ ਨਹੀਂ ਆਉਂਦੀ, ਪੜ੍ਹ ਕੇ ਵੀ ਨਹੀਂ ਸਮਝ ਆਉਂਦੀ, ਜਾਂ ਹੁਣ ਜੇ ਸੁਣਿਆ ਹੈ ਤਾਂ ਇਹਦਾ ਕੋਈ ਬਹੁਤਾ ਇੰਪੈਕਟ ਨਹੀਂ ਪੈਣਾ, ਕੀ ਪ੍ਰੋਬਲਮ ਹੈ? ਤਾਂ ਉਹਦੀ ਹੁਣ ਗੁਰੂ ਸਾਹਿਬ ਡਾਇਗਨੋਸ ਕਰਦੇ ਨੇ ਸਾਨੂੰ ਵੀ ਇਹਦੀ ਇੱਕ ਪ੍ਰੋਬਲਮ ਹੈ। ਪ੍ਰੋਬਲਮ ਇਹ ਹੈ, ਜਸਟ ਟੂ ਰਿਲੇਟ ਇਨ ਏ ਮੈਟਾਫੋਰਿਕ ਸੈਂਸ, ਉਹ ਮੈਂ ਆਪਣੇ ਵੱਲੋਂ ਕਰ ਰਿਹਾ, ਕਿ ਸ਼ਾਇਦ ਇਸ ਤਰ੍ਹਾਂ ਵੀ ਜਿਵੇਂ ਕੋਈ ਮੰਦਰ ਹੋਵੇ ਨਾ, ਪਹਿਲਾਂ ਅਸੀਂ ਸੁਣਦੇ ਇਸ ਤਰ੍ਹਾਂ ਹੁੰਦਾ, ਭਗਤ ਨਾਮਦੇਵ ਦੇ ਨਾਲ ਵੀ ਹੋਇਆ ਵੀ ਨਾਮਦੇਵ ਜਦੋਂ ਮੰਦਰ ਵਿੱਚ ਜਾਣਾ ਚਾਹੁੰਦਾ ਸੀ ਤਾਂ ਉੱਥੇ ਪੁਜਾਰੀ ਬੈਠਾ ਹੋਇਆ ਸੀ ਇੱਕ, ਅਤੇ ਉਹ ਆਉਂਦਾ, ਨੋ ਤੇਰੀ ਤਾਂ ਜਾਤ ਨੀਵੀਂ ਹੈ, ਤੂੰ ਨਹੀਂ ਇੱਥੇ ਆ ਸਕਦਾ। ਲੇਕਿਨ ਜਿਸ ਰਿਲੇਟ ਵੀ ਅੱਜ ਕੱਲ੍ਹ ਵੀ ਸ਼ਾਇਦ ਕੋਈ ਬਹੁਤਾ ਨਹੀਂ ਫਰਕ ਪਿਆ, ਚਲੋ ਅੱਜ ਕੱਲ੍ਹ ਆਉਣ ਤਾਂ ਦਿੰਦੇ ਨੇ, ਪਰ ਉੱਥੇ ਦਾ ਜੋ ਸਿਸਟਮ ਆ ਉਹ ਇਸ ਤਰ੍ਹਾਂ ਦਾ ਹੀ ਆ ਵੀ ਤੁਹਾਨੂੰ ਉਹ ਐਟਲੀਸਟ ਐਨਲਾਈਟਨ ਨਹੀਂ ਹੋਣ ਦਿੰਦੇ, ਜਾਂ ਉਹ ਤੁਹਾਨੂੰ ਐਨਲਾਈਟਨ ਨਹੀਂ ਕਰਨ ਦਿੰਦੇ। ਸੋ ਇਹਨੇ ਸੈਂਸ, ਗੁਰੂ ਸਾਹਿਬ ਕਹਿ ਰਹੇ ਵੀ ਉਹ ਮੰਦਰ ਦੇ ਵਿੱਚ ਕੋਈ ਐਸੀ ਬੰਦਾ ਬੈਠਾ ਹੋਇਆ ਇੱਕ ਉੱਥੇ, ਉਹ ਖਰਾਬ ਕਰ ਰਿਹਾ, ਉਹ ਨਹੀਂ ਸਮਝਣ ਦੇ ਰਿਹਾ ਸਾਨੂੰ। ਪਰ ਇੱਥੇ ਬਾਡੀ ਦੀ ਗੱਲ ਹੋ ਰਹੀ ਹੈ, ਅਤੇ ਇੱਥੇ ਅੰਦਰ ਸਾਡੇ ਕੌਣ ਅੰਦਰ ਬੈਠਾ ਹੋਇਆ? ਸੋ ਗੁਰੂ ਸਾਹਿਬ ਵੈਰੀ ਬਿਊਟੀਫੁਲ ਹੀ ਸੇਜ, ਹਰ ਮੰਦਰ ਮੈਂ ਮਨ ਲੋਹਠ ਹੈ। ਲੋਹਟ ਹੁੰਦਾ ਲੋਹੇ ਦਾ ਟੁਕੜਾ, ਰਸਟੀ ਟੁਕੜਾ, ਜਿਹਨੂੰ ਜੰਗਾਲ ਲੱਗਾ ਹੋਵੇ ਨਾ ਬਹੁਤਾ ਹੀ, ਵੀ ਉਹਨੂੰ ਯੂ ਕਾਂਟ ਯੂ ਨੋ, ਉਹ ਜੰਗਾਲ ਲੈ ਨਹੀਂ ਸਕਦਾ। ਲੋਹੇ ਦਾ ਟੁਕੜਾ ਤਾਂ ਉਹਦੀ ਕੋਈ ਕੀਮਤ ਨਹੀਂ ਹੁੰਦੀ, ਤੁਹਾਨੂੰ ਪਤਾ, ਵੇਖੋ ਹੈ ਨਾ, ਲੋਕ ਦੇ ਕੇ ਅਤੇ ਆਉਂਦੇ ਵਿੱਚੋਂ ਲੂਣ ਲੈ ਲਓ ਥੋੜ੍ਹਾ ਬਹੁਤ, ਜਾਂ ਚਲੋ ਕੋਈ ਯੂ ਨੋ ਲੋਹਾ ਪਿਆ ਹੋਇਆ, ਕਿਸੇ ਕੰਮ ਨਹੀਂ ਆਉਣਾ। ਉਹ ਕਹਿ ਰਹੇ ਅੰਦਰ ਨਾ ਮਨ, ਅਤੇ ਮਨ ਬਣਿਆ ਹੋਇਆ ਉਹ ਰਸਟੀ ਲੋਹੇ ਦਾ ਪੀਸ, ਲੋਹਟ, ਵੀ ਜਿਹੜਾ ਨਾ ਤਾਂ ਪਿਘਲ ਸਕਦਾ ਹੈ, ਨਾ ਕਿਸੇ ਕੰਮ ਆ ਸਕਦਾ ਹੈ, ਹੈ ਨਾ, ਜ਼ਿਆਦਾ ਜ਼ਿਆਦਾ ਦਓਗੇ ਤਾਂ ਕੋਈ 10-20 ਰੁਪਈਏ ਕੋਈ ਦੇ ਦੇਗਾ, ਕੋਈ 5-7 ਰੁਪਈਏ ਦੇ ਦੇਗਾ, ਇਦੋਂ ਵੱਧ ਇਹਦੀ ਕੀਮਤ ਨਹੀਂ। ਇਹ ਇਹਦੇ ਵਿੱਚ ਬਈ ਫਸਿਆ ਹੋਇਆ, ਬੈਠਾ ਹੋਇਆ, ਇਹਦੇ ਕਰਕੇ ਸਾਰਾ ਕੰਮ ਖਰਾਬ ਹੋ ਰਿਹਾ। ਕਿਉਂ ਜੀ, ਕਿਉਂ ਕੰਮ ਖਰਾਬ ਹੋ ਰਿਹਾ? ਉਹ ਕਹਿੰਦੇ ਕਿਉਂਕਿ ਹੀ ਇਜ਼ ਨੋਟ ਇੰਟਰਸਟਿਡ, ਇਹ ਇਸ ਗੱਲ ਵਿੱਚ ਇੰਟਰਸਟਿਡ ਹੀ ਨਹੀਂ ਆ ਕਿ ਇਹ ਸੁਣ ਲਈ ਕਿ ਇਹ ਮੇਰਾ ਸਰੀਰ ਹਰੀ ਦਾ ਮੰਦਰ ਹੈ, ਇਹ ਸੰਸਾਰ ਮੰਦਰ ਹੈ, ਨਹੀਂ, ਇਹ ਆਪਣੇ ਆਪ ਵਿੱਚ ਗੁਆਚਿਆ ਹੋਇਆ, ਇਹ ਸੰਸਾਰ ਦੇ ਕਿਸੇ ਹੋਰ ਪਾਸੇ ਵਿੱਚ ਗੁਆਸਾ ਹੋਇਆ। ਅਤੇ ਉਹਨੂੰ ਗੁਰੂ ਸਾਹਿਬ ਕਹਿ ਰਿਹਾ ਹੈ, ਹਰ ਮੰਦਰ ਮੈਂ ਮਨ ਲੋਹਠ ਹੈ, ਮੋਹਿਆ ਦੂਜੇ ਪਾਏ। ਇਹ ਕਿਸੇ ਹੋਰ ਪਾਸੇ ਮੋਇਆ ਹੋਇਆ। ਇਨ ਏ ਸੈਂਸ, ਟੂ ਮੇਕ ਇਟ ਸਿੰਪਲ, ਵੀ ਇਹ ਹੁਣ ਧਰਮ ਗੱਲ ਕਰਦਾ ਗੁੱਡਨੈਸ ਦੀ, ਪਰ ਇਹ ਗੁੱਡਨੈਸ ਨੂੰ ਲਾਈਕ ਨਹੀਂ ਕਰਦਾ, ਹੀ ਪ੍ਰੀਫਰਸ ਬੈਡਨੈਸ। ਧਰਮ ਗੱਲ ਕਰਦਾ ਪੋਜ਼ਿਟਿਵਿਟੀ, ਪਰ ਇਹ ਮਨ ਲੋਹਟ ਆਲਵੇਜ ਲੁਕਸ ਫੋਰ ਐਂਡ ਟਰਾਈ ਟੂ ਇੰਡਲਜ ਇਨ ਨੈਗੇਟਿਵਿਟੀ, ਥਿੰਕ ਆਫ ਨੈਗੇਟਿਵਿਟੀ। ਇਹ ਧਰਮ ਗੱਲ ਕਰਦਾ ਆਪਾਂ ਹੁਣੇ ਦੇਖਿਆ ਹਿਊਮਿਲਿਟੀ ਦੀ, ਇਹ ਮਨ ਇਹ ਹਉਮੈ ਦੀ ਗੱਲ ਕਰਦਾ, ਈਗੋ ਦੀ ਗੱਲ ਕਰਦਾ। ਸੋ ਇਨ ਏ ਸੈਂਸ ਦੇਰ ਇਜ਼ ਅ ਹੋਲ ਲੋਟ ਆਫ ਕੰਟਰਾਸਟ। ਸੋ ਇਹ ਮਨ ਜਿਵੇਂ ਲੋਹੇ ਦਾ ਬਣੇ, ਲੋਹੇ ਦਾ ਟੁਕੜਾ ਬਣ ਗਿਆ ਰਸਟੀ, ਵੀ ਨਾ ਤਾਂ ਮੈਲਟ ਹੋਣਾ ਇਹਨੇ, ਨਾ ਇਹ ਕੋਈ ਉਹਦੇ 'ਚ ਕੋਈ ਬਹੁਤ ਮੁਸ਼ਕਲ ਹੋਇਆ। ਉਹ ਕਹਿੰਦੇ ਹਰ ਮੰਦਰ ਮੈਂ ਮਨ ਲੋਹਟ ਹੈ, ਮੋਹਿਆ ਦੂਜੇ ਪਾਏ। ਅਗੇਨ ਲੈਟਸ ਕਮ ਬੈਕ ਟੂ ਇਨ ਏ ਸੈਂਸ, ਇਹ ਜਿਹੜਾ ਕੋਰਸ ਤੁਸੀਂ ਕਰ ਰਹੇ ਹੋ, ਔਰ ਅਸੀਂ ਮੰਦਰ ਜਾਂਦੇ ਹਾਂ, ਟੈਂਪਲ ਜਾਂਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਅਸੀਂ ਘਰ ਵਿੱਚ ਪਾਠ ਕਰਦੇ ਹਾਂ, ਆਈ ਮੀਨ ਵਾਟ ਐਵਰ ਰਿਲੀਜੀਅਸ ਥਿੰਗਸ ਵੀ ਡੂ, ਉਹ ਸਾਰੀਆਂ ਇੱਥੇ ਆ ਜਾਂਦੀਆਂ ਨੇ। ਹੁਣ ਉਹਨਾਂ ਨੇ ਸਾਡੇ ਇਸ ਮਨ ਲੋਹਟ ਦੇ ਉੱਪਰ ਕੰਮ ਕਰਨਾ ਹੈ, ਦੇ ਆਰ ਟੂ ਚੇਂਜ ਦਿਸ, ਕਿਉਂਕਿ ਬਾਡੀ ਦੀ ਅਸੀਂ ਜਦੋਂ ਗੱਲ ਕਰ ਰਹੇ ਹਾਂ ਤਾਂ ਐਕਚੁਅਲੀ ਜਦੋਂ ਗੁਰੂ ਸਾਹਿਬ ਕਹੇ ਨਾ ਇਹ ਹਰਿਮੰਦਰ ਇਹ ਸਰੀਰ ਹੈ, ਸੋ ਦਿਸ ਐਕਚੁਅਲੀ ਨੋਟ ਲਿਟਰਲੀ ਮੀਨਸ ਦੀ ਬਾਡੀ, ਬਿਕੋਜ਼ ਬਾਡੀ ਤਾਂ ਪੈਰੀਸ਼ੇਬਲ ਹੈ, ਹੈ ਨਾ, ਬਾਡੀ ਤਾਂ ਸਰੀਰ ਹੀ ਬਣਿਆ। ਸੋ ਇਹਦੇ ਅੰਦਰ ਉਹ ਜਿਹੜਾ ਮਨ ਹੈ ਅਸਲ ਵਿੱਚ ਉਹਦੀ ਗੱਲ ਹੋ ਰਹੀ, ਪਰ ਹੁਣ ਮਨ ਗੁਰੂ ਸਾਹਿਬ ਕਹਿ ਰਹੇ ਵੀ ਮਨ ਤਾਂ ਆਪਣੇ ਆਪ ਜਿਵੇਂ ਦੂਜੇ ਭਾਏ ਮੋਇਆ ਹੋਇਆ, ਮਨ ਹੈਜ਼ ਬਿਕਮ ਟੋਟਲੀ ਇਗਨੋਰੈਂਟ, ਈਗੋਇਸਟ, ਸਟੱਬਰਨ, ਸੋ ਕੰਡੀਸ਼ਨਡ ਕਿ ਸੁਣਦਾ ਹੀ ਨਹੀਂ, ਸਮਝਦਾ ਹੀ ਨਹੀਂ। ਹੁਣ ਕੁਛ ਚਾਹੀਦਾ ਹੈ ਜਿਹੜਾ ਇਸ ਮਨ ਦੇ ਉੱਪਰ ਇਹਨੂੰ ਪਿਘਲਾਵੇ ਥੋੜ੍ਹਾ ਜਿਹਾ, ਇਹਨੂੰ ਮੈਲਟ ਕਰੇ, ਇਹਨੂੰ ਐਨਲਾਈਟਨ ਕਰੇ। ਅਤੇ ਉਹਦੇ ਲਈ ਗੁਰੂ ਸਾਹਿਬ ਫਿਰ ਅਗਲੀ ਪੰਕਤੀ ਸੋਲਿਊਸ਼ਨ ਦੱਸਦੇ ਆ, ਸੋਲਿਊਸ਼ਨ ਕੀ ਹੈ। ਸੋ ਉਹ ਕਹਿ ਰਹੇ ਨੇ, ਪਾਰਸ ਭੇਟੇ ਕੰਚਨ ਭਇਆ, ਇਹ ਸੋਲਿਊਸ਼ਨ ਹੈ। ਪਾਰਸ ਇਜ਼ ਏ ਮਿਥੀਕਲ ਸਟੋਨ, ਮਿਥੀਕਲ, ਸੋ ਜਸਟ ਫੋਰ ਰੈਫਰੈਂਸ, ਕਿ ਵੀ ਕੋਈ ਇਸ ਤਰ੍ਹਾਂ ਦਾ ਪੱਥਰ ਹੁੰਦਾ, ਲੋਕ ਕਹਿੰਦੇ ਨੇ ਵੀ ਉਹਨੂੰ ਜੇ ਲੋਹਾ ਛੁਆ ਦਿਓ ਤਾਂ ਸੋਨਾ ਬਣ ਜਾਂਦਾ। ਸੋ ਗੁਰੂ ਸਾਹਿਬ ਉਹ ਦੱਸ ਰਹੇ ਨੇ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਚਾਹੀਦੀ ਜਿਹੜੀ ਇਸ ਮਨ ਲੋਹੇ ਨੂੰ ਐਸਾ ਇਨਫਲੂਐਂਸ ਕਰੇ, ਐਸਾ ਇੰਪੈਕਟ ਇਹਦੇ 'ਤੇ ਕਰੇ ਕਿ ਸੋਨੇ ਵਰਗਾ ਹੋ ਜਾਏ, ਸੋਨਾ ਬਣ ਜਾਏ, ਟਰਾਂਸਫਾਰਮੇਸ਼ਨ ਹੋ ਜਾਏ। ਸੋ ਉਹ ਕਹਿ ਰਹੇ ਪਾਰਸ ਭੇਟੇ ਕੰਚਨ ਪਿਆ, ਇਹ ਸੋਲਿਊਸ਼ਨ ਹੈ, ਕੰਚਨ ਹੁੰਦਾ ਸੋਨਾ, ਕਿ ਪਾਰਸ ਨੂੰ ਛੂਹ ਕੇ ਇਹ ਲੋਹਾ ਸੋਨਾ ਕੰਚਨ ਬਣ ਸਕਦਾ ਹੁਣ, ਅਤੇ ਫਿਰ ਇਹਦੀ ਵਰਥ ਕਿੰਨੀ ਹੋ ਜਾਏਗੀ? ਲੋਹੇ ਦੀ ਤਾਂ ਕੋਈ ਮੁੱਲ ਨਹੀਂ, ਕੋਈ ਕੀਮਤ ਨਹੀਂ। ਉਹ ਫਿਰ ਕਹਿੰਦੇ ਕੀਮਤ ਕਹੀ ਨਾ ਜਾਏ। ਸੋ ਦਿਸ ਇਜ਼ ਵਾਟ ਬੇਸਿਕਲੀ ਹੈਜ਼ ਟੂ ਹੈਪਨ।
ਕਿ ਮਨ ਲੋਹਾ ਜਿਹੜਾ ਹੁਣ ਇਹ ਮਨ ਸਾਡੇ ਅੰਦਰ ਹੀ ਸਾਰਿਆਂ ਦੇ ਅੰਦਰ ਹੈ ਸੋ ਇਨ ਏ ਸੈਂਸ ਕਿ ਸਰੀਰ ਸਾਡੇ ਸਾਰਿਆਂ ਦੇ ਗੁਰੂ ਸਾਹਿਬ ਕਹਿ ਰਹੇ ਵੀ ਇਹ ਟੈਂਪਲ ਹੈ ਇਹ ਸੰਸਾਰ ਵੀ ਮੰਦਰ ਹੈ ਪਰ ਇਹਦੇ ਅੰਦਰ ਜਿਹੜੇ ਸਾਡੇ ਮਨ ਨੇ ਨਾ ਉਹ ਮਨ ਨੇ ਜਿਵੇਂ ਇੱਕ ਬੜੇ ਵਿਕਿਡ ਪ੍ਰੀਸਟ ਦਾ ਰੂਪ ਧਾਰਿਆ ਹੋਇਆ ਹੈ ਉਹ ਸਾਨੂੰ ਆਪ ਇਹਦੇ ਅੰਦਰ ਨਹੀਂ ਵੜਨ ਦਿੰਦਾ ਉਹਨੇ ਇਹਨੂੰ ਕਰਪਟ ਕੀਤਾ ਹੋਇਆ ਉਹਨੇ ਇਹਨੂੰ ਪੋਲਿਊਟ ਕੀਤਾ ਹੋਇਆ ਉਹ ਇੰਨਾ ਸਟੱਬਨ ਹੈ ਇੰਨਾ ਈਗੋਇਸਟ ਹੈ ਕਿ ਉਹ ਸਾਡੀ ਗੱਲ ਸੁਣਦਾ ਹੀ ਨਹੀਂ ਉਹ ਗੁਰੂ ਦੀ ਬਾਣੀ ਪੜ੍ਹਦਾ ਸੁਣਦਾ ਮੱਥਾ ਟੇਕਦਾ ਰਿਲੀਜੀਅਸ ਐਕਟੀਵਿਟੀਜ਼ ਕਰਦਾ ਪਰ ਜਿਵੇਂ ਸੁਣਦਾ ਫਿਰ ਵੀ ਨਹੀਂ ਮੰਨਦਾ ਫਿਰ ਵੀ ਨਹੀਂ ਜਿਵੇਂ ਉਹਦੇ 'ਤੇ ਫਰਕ ਨਹੀਂ ਪੈਂਦਾ ਕੋਈ ਹੋਣਾ ਇਹ ਚਾਹੀਦਾ ਕਿ ਉਹ ਟ੍ਰਾਂਸਫਾਰਮ ਹੋ ਜਾਵੇ ਅਤੇ ਉਹਦੇ ਲਈ ਗੁਰੂ ਸਾਹਿਬ ਕਹਿ ਰਹੇ ਵੀ ਇਹ ਕਰ ਇਹੋ ਹੀ ਸਕਦੀ ਹੈ ਡਿਵਾਈਨ ਵਿਜ਼ਡਮ ਹੀ ਕਰ ਸਕਦੀ ਇਨ ਏ ਸੈਂਸ ਬਾਣੀ ਹੀ ਕਰ ਸਕਦੀ ਹਾਇਰ ਅੰਡਰਸਟੈਂਡਿੰਗ ਹੀ ਕਰ ਸਕਦੀ ਇਹੋ ਹੀ ਪਾਰਸ ਹੈ ਸੋ ਗੁਰੂ ਗੁਰੂ ਦੀ ਸਿੱਖਿਆ ਗੁਰੂ ਦੀਆਂ ਟੀਚਿੰਗਸ ਇਹ ਪਾਰਸ ਅਤੇ ਇਹੋ ਹੀ ਆਪਾਂ ਇੱਥੇ ਫਿਰ ਉਹੀ ਇਹਨੂੰ ਗੱਲ ਕਿ ਇਹ ਇਸੇ ਨੂੰ ਸਾਰੇ ਨੂੰ ਗ੍ਰਾਸਪ ਕਰਨ ਲਈ ਅਸੀਂ ਇੱਥੇ ਆਏ ਹੋਏ ਹਾਂ ਤੁਸੀਂ ਆਏ ਹੋਏ ਐਂਡ ਯੂ ਹੈਵ ਡਿਸਾਈਡਿਡ ਟੂ ਅੰਡਰਗੋ ਦਿਸ ਕੋਰਸ ਸੋ ਅਗੇਨ ਆਈ ਮੀਨ ਦਿਸ ਇਜ਼ ਵੇਅਰ ਦਿਸ ਕੋਰਸ ਹੈਜ਼ ਟੂ ਵਰਕ ਔਨ ਹੈਵ ਐਨ ਇੰਪੈਕਟ ਔਨ ਯੂਰ ਮਾਈਂਡਸ ਸੋ ਹੀ ਸੇਜ਼ ਪਾਰਸ ਭੇਟਿਆ ਕੰਚਨ ਭਇਆ ਅਤੇ ਫਿਰ ਕੀਮਤ ਕਹੀ ਨਾ ਜਾਏ ਐਂਡ ਨੋਟ ਓਨਲੀ ਦੈਟ ਫਿਰ ਅੱਗੇ ਗੁਰੂ ਸਾਹਿਬ ਆਉਂਦੇ ਆ ਫਿਰ ਜੇ ਸਮਝ ਆ ਜਾਏ ਮਨ ਥੋੜ੍ਹੀ ਜਿਹੀ ਟ੍ਰਾਂਸਫਾਰਮੇਸ਼ਨ ਵਿੱਚ ਆ ਜਾਏ ਰੀਅਲਾਈਜ਼ ਕਰ ਲਵੇ ਇਸ ਚੀਜ਼ ਨੂੰ ਅਤੇ ਦੈਨ ਵਾਓ ਦੈਨ ਵਟ ਹੈਪਨਸ ਹੀ ਸੇਜ ਹਰ ਮੰਦਰ ਮੈਂ ਹਰ ਵਸੈ ਸੋ ਇਨ ਏ ਸੈਂਸ ਹੁਣ ਵੇਖੋ ਹਰੀ ਦਾ ਜੇ ਮੰਦਰ ਹੈ ਤਾਂ ਪਰਮਾਤਮਾ ਤਾਂ ਅੱਗੇ ਵਸ ਹੀ ਰਿਹਾ ਵਸਦਾ ਹੀ ਹੈ ਪਰ ਜਿਵੇਂ ਕਹਿਣ ਦਾ ਮਤਲਬ ਹੈ ਵੀ ਕਿਉਂਕਿ ਮਨ ਲੋਹਟ ਬਣਿਆ ਹੋਇਆ ਸੋ ਜਿਵੇਂ ਇਹਨੂੰ ਸਮਝਣ ਲਈ ਵੀ ਜਿਵੇਂ ਇਹਦੇ 'ਚ ਇਹ ਹਰੀ ਦਾ ਮੰਦਰ ਤਾਂ ਹੈਗਾ ਪਰ ਹਰੀ ਨਹੀਂ ਵਸ ਰਿਹਾ ਇਹਦੇ ਵਿੱਚ ਇਟਸ ਡਿਵੋਇਡ ਆਫ ਗੋਡ ਡਿਵੋਇਡ ਆਫ ਗੋਡਲੀਨੈਸ ਡਿਵੋਇਡ ਆਫ ਡਿਵਿਨਿਟੀ ਇਨ ਏ ਸੈਂਸ ਨਾਓ ਅਤੇ ਇਹਦੀ ਜੇ ਟ੍ਰਾਂਸਫਾਰਮੇਸ਼ਨ ਹੋ ਜਾਵੇ ਤਾਂ ਫਿਰ ਇਸ ਤਰ੍ਹਾਂ ਹੋਏਗਾ ਕਿ ਪਰਮਾਤਮਾ ਇਹਦੇ ਵਿੱਚ ਆ ਕੇ ਵਸ ਜਾਏਗਾ ਜਿੱਥੇ ਰੱਬ ਵਸ ਜਾਏਗਾ ਉੱਥੇ ਫਿਰ ਸਾਰਾ ਕੁਛ ਵਸ ਜਾਏਗਾ ਉੱਥੇ ਬਰਕਤ ਵੀ ਉੱਥੇ ਬਲੈਸਿੰਗਸ ਵੀ ਉੱਥੇ ਗ੍ਰੇਸ ਵੀ ਐਂਡ ਆਫਕੋਰਸ ਉੱਥੇ ਫਿਰ ਹਿਊਮਿਲਿਟੀ ਵਰਚੂਸ ਐਂਡ ਕੰਟੈਂਟਮੈਂਟ ਐਂਡ ਪੀਸ ਐਂਡ ਐਵਰੀਥਿੰਗ ਵਿਲ ਕਮ ਸੋ ਇਨ ਸੈਂਸ ਗੁਰੂ ਸਾਹਿਬ ਕਹਿ ਰਹੇ ਵੀ ਇਹ ਇਸ ਤਰ੍ਹਾਂ ਜੇ ਟ੍ਰਾਂਸਫਾਰਮੇਸ਼ਨ ਕਰ ਦਿਓ ਤਾਂ ਫਿਰ ਹਰ ਮੰਦਰ ਮੈਂ ਹਰ ਵਸੈ ਅਤੇ ਨੋਟ ਓਨਲੀ ਹੀਅਰ ਸਰਬ ਨਿਰੰਤਰ ਸੋਏ ਫਿਰ ਹਰ ਇੱਕ ਦੇ ਵਿੱਚ ਅਤੇ ਹਰ ਥਾਂ ਵਿੱਚ ਉਹ ਪਰਮਾਤਮਾ ਦੀ ਜੋਤ ਵਸਦੀ ਹੋਈ ਨਜ਼ਰ ਆ ਜਾਏ ਸੋ ਦਿਸ ਇਜ਼ ਹਾਓ ਵੀ ਨੀਡ ਟੂ ਐਪਲਾਈ ਦਿਸ ਗੁਰੂਸ ਵਿਜ਼ਡਮ ਗੁਰੂਸ ਟੀਚਿੰਗਸ ਦੀ ਅੰਡਰਸਟੈਂਡਿੰਗ ਦੈਟ ਵੀ ਰਿਸੀਵ ਫਰੋਮ ਦਿਸ ਕੋਰਸ ਟੂ ਐਨਲਾਈਟਨ ਦਿਸ ਮਾਈਂਡ ਜਿਹੜਾ ਕਿ ਲੋਹਟ ਲੋਹੇ ਦਾ ਰੂਪ ਧਾਰਿਆ ਹੋਇਆ ਇਹਨੂੰ ਇਹਨੂੰ ਮੈਲਟ ਡਾਊਨ ਕਰਕੇ ਟ੍ਰਾਂਸਫਾਰਮ ਕਰਕੇ ਇਹਨੂੰ ਅਸੀਂ ਗੋਲਡਨ ਬਣਾਉਣਾ ਸੋਨੇ ਦਾ ਬਣਾਉਣਾ ਇਨ ਏ ਮੈਟਾਫੋਰਿਕ ਸੈਂਸ ਲਾਸਟਲੀ ਵੁੱਡ ਲਾਈਕ ਟੂ ਐਂਡ ਵਿਦ ਦਿਸ ਕੋਟ ਫਰੋਮ ਪ੍ਰੋਫੈਸਰ ਪੂਰਨ ਸਿੰਘ ਵੈਰੀ ਇੰਟਰਸਟਿੰਗ ਫਰੋਮ ਹਿਸ ਬੁੱਕ ਦ ਸਪਿਰਿਟ ਬੋਰਨ ਪੀਪਲ ਐਂਡ ਹੀ ਸੇਜ਼ ਸੋ ਦਿਸ ਇਜ਼ ਵਟ ਹੈਜ਼ ਟੂ ਹੈਪਨ ਹੀ ਇਜ਼ ਆਲਸੋ ਅ ਗ੍ਰੇਟ ਫਿਲੋਸਫਰ ਬਟ ਅਗੇਨ ਹਿਸ ਲੈਂਗੁਏਜ ਇਜ਼ ਆਲਸੋ ਲਿਟਲ ਬਿਟ ਮੈਟਾਫੋਰਿਕ ਹੀ ਸੇਜ਼ ਮੈਨ ਡਾਈਜ਼ ਗੋਡ ਵੇਕਸ ਅਪ ਰੱਬ ਨੂੰ ਆਪਣੇ ਅੰਦਰ ਪ੍ਰਗਟ ਕਰਨਾ ਚਾਹੁੰਦੇ ਹੋ ਉਹਦੀ ਗ੍ਰੇਸ ਚਾਹੁੰਦੇ ਹੋ ਇਹਦੇ ਲਈ ਫਸਟ ਮੈਨ ਹੈਜ਼ ਟੂ ਡਾਈ ਇਨ ਏ ਸੈਂਸ ਵਟ ਐਵਰ ਯੂ ਆਰ ਕੈਰਿੰਗ ਔਨ ਹੈਜ਼ ਟੂ ਗੋ ਅਵੇ ਜੇ ਇੱਥੇ ਈਗੋ ਭਰੀ ਆ ਤਾਂ ਫਿਰ ਰੱਬ ਇੱਥੇ ਨਹੀਂ ਆ ਸਕਦਾ ਮੈਨ ਡਾਈਸ ਗੋਡ ਵੇਕਸ ਅਪ ਦੀ ਹਿਊਮਨ ਬਾਡੀ ਇਜ਼ ਦੀ ਟੈਂਪਲ ਦੈਨਸ ਫੋਰਵਰਡ ਹੀ ਸੇਜ਼ ਉਸ ਤੋਂ ਬਾਅਦ ਫਿਰ ਇਹੋ ਸਰੀਰ ਇਹ ਹਰੀ ਦਾ ਮੰਦਰ ਬਣ ਜਾਵੇ and very nice and what happens all acts of man phir jo kuch karoge zindagi vich jo kuch tusi karde ho are acts of pure worship phir pure worship ho jayegi har kam har kaas if he eats eho ja banda jinne apne man nu maar ke man nu maar ke te god nu wake up kar liya if he eats it is in continuous music of a shining dedication sahaj vich and if he breathes it is utter thankfulness in a fatal kind of sweetness stealing over him in a sense phir us zindagi jo kuch bhi karda hai kha reha hai baitha hoya hai aaram kar reha hai chal reha hai gallan kar reha hai utthe phir ever ਉੱਥੇ ਫਿਰ ਟਰੂ ਡਿਵਿਨਿਟੀ ਜਿਹੜੀ ਹੈ ਟਰੂ ਗੋਡਲੀਨੈਸ ਜਿਹੜੀ ਹੈ ਉਹ ਸ਼ਾਈਨ ਕਰਦੀ ਹੈ ਉਹ ਪਰਵੇਡ ਕਰਦੀ ਹੈ ਉਹਦੀ ਬੀਇੰਗ ਦੇ ਵਿੱਚ ਉਹਦੀ ਸੋਲ ਦੇ ਵਿੱਚ ਅਤੇ ਉਹਦੇ ਮਨ ਦੇ ਵਿੱਚ ਇਹਦੇ ਨਾਲ ਹੀ ਮੈਂ ਸਮਾਪਤੀ ਵੱਲ ਚੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਨਵਾਦ ਡਾਕਟਰ ਜਸਵੰਤ ਸਿੰਘ ਜੀ ਯੂਅਰ ਡੇਲੀ ਲਾਈਫ ਯੂਅਰ ਰਿਲੀਜਨ ਐਂਡ ਯੂਅਰ ਟੈਂਪਲ
ਬੜਾ ਹੀ ਯੂਨੀਕ ਇੱਕ ਸਬਜੈਕਟ ਸੀ। ਜ਼ੋਰ ਅਸੀਂ ਆਪਣੀ ਦਿਨਚਰਿਆ ਦੇ ਵਿੱਚ ਆਪਣੇ ਬਿਹੇਵੀਅਰ ਅਤੇ ਆਪਣੀ ਜਿਹੜੀ ਸਾਡਾ ਵਰਤਾਵ ਹੈ ਦੂਜੇ ਲੋਕਾਂ ਨਾਲ ਉਸ 'ਤੇ ਦੇਣਾ। ਬੜੀ ਇੱਕ ਖੂਬਸੂਰਤ ਕੋਟੇਸ਼ਨ, ਉਹ ਕਹਿੰਦਾ ਕਿ ਦ ਰੀਅਲ ਕੁਐਸਚਨ ਇਜ਼ ਨਾਟ ਵੈਦਰ ਯੂ ਲਿਵ, ਯੂਅਰ ਲਾਈਫ ਐਗਜ਼ਿਸਟ ਆਫਟਰ ਡੈਥ। ਸਵਾਲ ਇਹ ਨਹੀਂ ਹੈ ਕਿ ਮੌਤ ਤੋਂ ਬਾਅਦ ਕੋਈ ਜ਼ਿੰਦਗੀ ਹੋਰ ਹੈ, ਸਵਾਲ ਇਹ ਹੈ ਦ ਰੀਅਲ ਕੁਐਸਚਨ ਇਜ਼ ਵੈਦਰ ਯੂ ਆਰ ਅਲਾਈਵ ਬਿਫੋਰ ਡੈਥ, ਕਿ ਕੀ ਤੁਸੀਂ ਸਹੀ ਜ਼ਿੰਦਗੀ ਬਤੀਤ ਕਰ ਰਹੇ ਹੋ ਮੌਤ ਤੋਂ ਪਹਿਲੇ। ਇੱਕ ਹੁੰਦੀ ਹੈ ਥਿਊਰੀ, ਇੱਕ ਹੁੰਦਾ ਪ੍ਰੈਕਟੀਕਲ। ਥਿਊਰੀ ਦੇ ਤਾਂ ਅਸੀਂ ਮਾਸਟਰ ਹਾਂ, ਐਕਸਪਰਟਸ, ਅਤੇ ਫੇਲੀਅਰ ਕਿੱਥੇ ਹਾਂ ਅਸੀਂ ਪ੍ਰੈਕਟੀਕਲ ਵਿੱਚ। ਔਰ ਇਹ ਸੱਚ ਗੱਲ ਹੈ, ਗੁਰਮਤ ਕਾਲਜ ਦੇ ਵਿੱਚ ਸਾਡੇ ਕੋਲ ਗੁਰਮਤ ਸੰਗੀਤ ਦੀ ਐੱਮ ਏ ਹੈ, ਅਤੇ ਇਸ ਵਾਰੀ ਸਾਡੇ 5 ਸਟੂਡੈਂਟ ਸੀ ਗੁਰਮਤ ਸੰਗੀਤ ਐੱਮ ਏ ਦੇ, ਔਰ 5 ਦੇ 5 ਫੇਲ ਆ ਗਏ। ਬੜੇ ਅਸੀਂ ਹੈਰਾਨ ਹੋਏ, ਸਾਰੇ ਸਟੂਡੈਂਟ ਆਏ ਮੇਰੇ ਕੋਲ, ਪਤਾ ਲੱਗਿਆ ਕਿ ਉਹ ਥਿਊਰੀ ਦੇ ਨੰਬਰ ਤਾਂ ਲਗਾ ਦਿੱਤੇ ਨੇ, ਪ੍ਰੈਕਟੀਕਲ ਦੇ ਨੰਬਰ ਲਗਾਉਣਾ ਹੀ ਭੁੱਲ ਗਏ ਨੇ, ਉਹ 5 ਬੱਚੇ ਫੇਲ ਸੀ। ਮੈਂ ਕਹਿਣਾ ਇੱਥੇ ਇਹੀ ਚਾਹੁੰਦਾ ਕਿ ਅਸੀਂ ਥਿਊਰੀ ਤਾਂ ਬਹੁਤ ਕਰਦੇ ਹਾਂ, ਜਿਹੜੀ ਪ੍ਰੈਕਟੀਕਲ ਹੈ ਨਾ ਉਹ ਸਾਡੀ ਰੋਜ਼ ਦੀ ਦਿਨਚਰਿਆ ਹੈ, ਸਾਡਾ ਬਿਹੇਵੀਅਰ ਹੈ। ਕਿੱਡੀ ਖੂਬਸੂਰਤ ਉਹ ਗੱਲ ਕਹੀ ਨਾ ਕਿ ਇਬਾਦਤ ਇਹ ਨਹੀਂ ਕਿ ਕਿਸੇ ਮੰਦਰ ਮੇਂ ਜਾਂ ਗੁਰਦੁਆਰੇ ਜਾਂ ਮਸਜਿਦ ਮੇਂ ਸਿਰ ਝੁਕਾ ਦੇਣਾ, ਇਬਾਦਤ ਹੈ ਕਿਸੇ ਭੁੱਖੇ ਕੋ ਖਾਣਾ ਖਿਲਾ ਦੇਣਾ, ਇਬਾਦਤ ਇਹ ਹੈ ਕਿ ਕਿਸੇ ਰੋਤੇ ਹੋਏ ਕੋ ਹਸਾ ਦੇਣਾ। ਇਹ ਜਿਹੜੀ ਗੱਲ ਹੈ ਕਿ ਜਿਹੜੀ ਪਰਮਾਤਮਾ ਅੱਗੇ ਅਰਦਾਸਾਂ ਕਰਨ ਨਾਲੋਂ ਕਮਜ਼ੋਰਾਂ ਔਰ ਗਰੀਬਾਂ ਦੇ ਲੋੜਵੰਦਾਂ ਲਈ, ਕਮਜ਼ੋਰਾਂ ਲਈ, ਗਰੀਬਾਂ ਲਈ ਜਾਂ ਲੋੜਵੰਦਾਂ ਲਈ ਪਿਆਰ ਦੇ ਦੋ ਬੋਲ ਜੋ ਹੈ ਉਹ ਜ਼ਿਆਦਾ ਮਾਇਨੇ ਰੱਖਦੇ ਨੇ। ਤੋ ਇਹ ਅਕਸਰ ਅਸੀਂ ਦੇਖਿਆ ਸਾਡੀ ਪ੍ਰੈਕਟੀਕਲ ਲਾਈਫ ਵਿੱਚ ਹੈ ਕਿ ਜਿਹੜੇ ਬਹੁਤ ਜ਼ਿਆਦਾ ਨਿਤਨੇਮੀ ਨੇ ਜਾਂ ਬਹੁਤ ਜ਼ਿਆਦਾ ਪਾਠ ਪੂਜਾ ਕਰਦੇ ਨੇ, ਮੈਂ ਅਕਸਰ ਦੇਖਿਆ ਉਹਨਾਂ ਦੀ ਜਿਹੜੀ ਰੋਜ਼ ਦਾ ਵਿਵਹਾਰ ਹੈ ਜਾਂ ਬੋਲਚਾਲ ਹੈ ਉਹਦੇ 'ਚ ਕੁਰਖਤਪਨ ਜ਼ਰੂਰ ਹੁੰਦਾ ਹੈ। ਸ਼ਾਇਦ ਇਹ ਉਹਦੇ 'ਚ ਇਹੀ ਵੀ ਹੋਮੇ ਹੈ ਕਿ ਮੈਂ ਜ਼ਿਆਦਾ ਪਾਠ ਕਰਦਾ, ਮੈਂ ਜ਼ਿਆਦਾ ਗੁਰਦੁਆਰੇ ਜਾਂਦਾ, ਅਤੇ ਜਿਹੜੀ ਪ੍ਰੈਕਟੀਕਲ ਹੈ ਨਾ ਉਹ ਬੜੀ ਅਹਿਮ ਗੱਲ ਹੈ ਜ਼ਿੰਦਗੀ ਦੇ ਵਿੱਚ, ਕਿ ਅਸੀਂ ਦੁਨੀਆ ਨੂੰ ਇਹ ਦੱਸਣਾ ਕਿ ਅਸੀਂ ਗੁਰੂ ਕੇ ਸਿੱਖ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹਾਂ, ਤਾਂ ਫਿਰ ਸਾਡੀ ਜਿਹੜੀ ਬੋਲਚਾਲ ਹੈ, ਸਾਡਾ ਜਿਹੜਾ ਵਿਵਹਾਰ ਹੈ ਦੂਸਰਿਆਂ ਦੇ ਨਾਲ, ਉਹ ਜਿਹੜਾ ਉਹ ਬੜਾ ਮਿੱਠਾ ਔਰ ਬੜਾ ਸੌਫਟ ਔਰ ਬੜਾ ਜੋ ਹੈ ਇਸ ਤਰ੍ਹਾਂ ਦਾ ਹੋਵੇ ਕਿ ਪਤਾ ਲੱਗੇ ਕਿ ਹਾਂ ਇਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ। ਔਰ ਸਾਡਾ ਇਹ ਕੋਰਸ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਸ਼ਾਰਟ ਟਰਮ ਅਧਿਐਨ ਕੋਰਸ, ਕਿੱਥੇ ਨਾ ਕਿੱਥੇ ਇਹਦੇ ਪਿੱਛੇ ਸੋਚ ਵੀ ਇਹੀ ਸੀ ਕਿ ਇਤਨਾ ਵੱਡਾ ਖਜ਼ਾਨਾ ਹੋਣ ਦੇ ਬਾਵਜੂਦ, ਮੈਂ ਪਹਿਲੇ ਦਿਨ ਇੱਕ ਗੱਲ ਕਹੀ ਸੀ ਕਿ ਬਹੁਤ ਵੱਡਾ ਇਸ ਇੰਡੀਆ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ ਅਤੇ ਕਿਤਨਿਆਂ ਉਹ ਆ ਕੇ ਲੁੱਟ ਪੁੱਟ ਕੇ ਲੈ ਜਾਣਾ, ਔਰ ਅਕਸਰ ਜਦੋਂ ਵਾਪਸ ਜਾਂਦਾ ਸੀ ਅਤੇ ਪੰਜਾਬ ਵਿੱਚ ਉਸ ਨੂੰ ਸਿੱਖਾਂ ਨੇ ਬਹੁਤ ਮੁਕਾਬਲਾ ਉਸਦਾ ਕਰਨਾ, ਅਤੇ ਉਹ ਬਹੁਤ ਤੰਗ ਆਇਆ ਸੀ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਤੋਂ। ਅਤੇ ਉਹ ਹੀ ਫਿਰ ਇੱਕੋ ਹੀ ਗੱਲ ਉਹ ਅਖੀਰ ਦੇ ਵਿੱਚ ਕਿਸੇ ਨੂੰ ਉਸਨੇ ਕਹੀ, ਉਹ ਕਹਿੰਦਾ ਕਿ ਜੇ ਸਿੱਖਾਂ ਨੂੰ ਪ੍ਰਭਾਵਹੀਨ ਕਰਨਾ ਤਾਂ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰ ਦਿਓ, ਕਿਉਂਕਿ ਗੁਰੂ ਗ੍ਰੰਥ ਸਾਹਿਬ ਹੀ ਇੱਕ ਐਸਾ ਸ਼ਬਦ ਗੁਰੂ ਦੀ ਜਿਹੜੀ ਗੱਲ ਹੈ ਉਹੀ ਇਹਨਾਂ ਨੂੰ ਇੰਸਪੀਰੇਸ਼ਨ ਦਿੰਦਾ, ਉਹੀ ਜਿਹੜਾ ਹੈ ਇਤਨੀ ਵੱਡੀ ਸਪਿਰਿਟ ਹੈ ਕਿ ਇਹ ਇਤਨਾ ਮੁਕਾਬਲਾ ਸਾਡੇ ਨਾਲ ਕਰਦੇ ਨੇ। ਔਰ ਇੱਕ ਵਾਰੀ ਸਪੈਸ਼ਲ ਉਹ ਆਇਆ ਹੀ ਸਿਰਫ ਸਿੱਖਾਂ ਨੂੰ ਨਾਲ ਲੜਨ ਸੀ, ਅੱਗੇ ਆਇਆ ਹੀ ਨਹੀਂ, ਪੰਜਾਬ ਤੱਕ ਹੀ ਉਹ ਮਹਿਦੂਦ ਰਿਹਾ। ਤੋ ਮੈਂ ਕਹਿਣਾ ਇਹ ਚਾਹੁੰਦਾ ਕਿ ਜਿਹੜੀ ਗੁਰਬਾਣੀ ਹੈ ਜਾਂ ਜਿਹੜੀ ਪ੍ਰੇਅਰ ਹੈ ਜਾਂ ਅਰਦਾਸ ਹੈ ਜਾਂ ਜੋ ਗੁਰਦੁਆਰੇ ਵਿੱਚ ਜਾਣਾ, ਮੰਦਰ ਵਿੱਚ ਜਾਣਾ, ਉਹਦਾ ਸਭ ਤੋਂ ਪਹਿਲਾਂ ਜਿਹੜਾ ਗੱਲ ਹੈ ਕਿ ਸਾਡਾ ਲੋਕਾਂ ਨਾਲ ਸਾਡਾ ਬਿਹੇਵੀਅਰ ਕੈਸਾ ਹੈ, ਇਹ ਦੱਸੇਗਾ ਕਿ ਤੁਸੀਂ ਧਰਮੀ ਕਿੰਨੇ ਹੋ। ਜਿਹੜੇ ਧਰਮ ਦੀ ਗੱਲ ਪਹਿਲੇ ਦਿਨ ਵੀ ਸ਼ਾਇਦ ਇਹ ਗੱਲ ਕਹੀ ਸੀ, ਵਾਰ ਵਾਰ ਅਸੀਂ ਗੱਲ ਕਹਿੰਦੇ ਹਾਂ ਕਿ ਗੁਰੂ ਨਾਨਕ ਦੀ ਜਿਹੜੀ ਡੈਫੀਨੇਸ਼ਨ ਹੈ ਧਰਮ ਦੀ ਕਿ ਉਹ ਦੋਲ ਧਰਮ ਦਿਆ ਕਪੂਤ ਸੰਤੋਖ ਥਾਪ ਰੱਖਿਆ ਜਿਨਸੂਤ, ਅਤੇ ਕਵੀ ਨੇ ਇਸ ਗੱਲ ਦੇ ਉੱਤੇ ਕਹੀ ਸੀ ਕਿ ਤੁਹਾਨੂੰ ਪਤਾ ਨਹੀਂ ਕਿ ਧਰਤੀ ਦੇ ਥੱਲੇ ਜਿਹੜਾ ਬਲਦ ਹੈ ਉਹ ਲਾਪਤਾ ਹੈ, ਔਰ ਇਹਦੀ ਚੋਰੀ ਦਾ ਇਲਜ਼ਾਮ ਤੁਹਾਡੇ ਸਾਡੇ ਸਭ 'ਤੇ ਹੈ, ਕਿ ਜਿਹੜਾ ਧਰਮ ਨੇ ਚੁੱਕਿਆ ਧਰਮ ਰਿਹਾ ਹੀ ਨਹੀਂ, ਇਸ ਲਈ ਇਸ ਧਰਤੀ ਜਿਹੜੀ ਹੈ ਧਰਤੀ ਤਾਂ ਡੋਲਦੀ ਹੈ, ਇਸ ਧਰਤੀ 'ਤੇ ਜਿੰਨਾ ਅਨਰੈਸਟ ਹੈ ਤਾਂ ਹੀ ਹੋ ਰਿਹਾ। ਕਾਰਨ ਇਹੀ ਹੈ ਕਿ ਅਸੀਂ ਪ੍ਰੈਕਟੀਕਲ ਲਾਈਫ ਸਾਡੀ ਨਹੀਂ ਹੈ, ਥਿਓਰਟੀਕਲ ਅਸੀਂ ਬਹੁਤ ਅੱਗੇ ਹੋ ਗਏ ਹਾਂ। ਤਾਂ ਅੱਜ ਦੇ ਇਸ ਲੈਕਚਰ ਦਾ ਸਾਡਾ ਇੰਨਾ ਹੀ ਮੰਤਵ ਸੀ ਜੀ, ਹੁਣ